ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਜਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਦੀ ਮੌਸਮ ਦੀ ਜਾਣਕਾਰੀ ਵਿੱਚ ਖਾਸ ਅਪਡੇਟ ਲੋੜੀ ਦੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ 12 13 ਤੇ 14 ਦਿਨਾਂ ਦੇ ਵਿੱਚ ਇਹ ਜਨਵਰੀ ਨੂੰ ਇਹਨਾਂ ਦਿਨਾਂ ਵਿੱਚ ਕੀ ਮੌਸਮੀ ਹਲਚਲ ਹੋਵੇਗੀ ਲੋੜੀ ਦਰਮਿਆਨ ਮੌਸਮ ਕਿਵੇਂ ਦਾ ਰਹੇਗਾ ਇੱਕ ਤਾਜ਼ਾ ਸਿਸਟਮ ਇਹਨਾਂ ਦਿਨਾਂ ਵਿੱਚ ਪਹੁੰਚ ਰਿਹਾ ਉਹਦੇ ਚੱਲਦੇ ਪੰਜਾਬ ਵਿੱਚ ਮੀਂਹ ਦੇ ਅਸਰ ਕਿੰਨੇ ਕੁ ਬਣ ਸਕਦੇ ਨੇ ਹਵਾਵਾਂ ਕਿਵੇਂ ਰਹਿਣਗੀਆਂ ਸੋ ਪਹਿਲਾਂ ਗੱਲ ਖਰੀਜੇਕਰ 12 ਦੀ ਤਾਂ 12 ਤਰੀਕ ਤੋਂ ਇੱਕ ਪਛਮੀ ਸਿਸਟਮ ਪਹਾੜੀ ਇਲਾਕਿਆਂ ਵਿੱਚ ਪਹੁੰਚਣਾ ਸ਼ੁਰੂ ਹੋ ਜਾਵੇਗਾ ਮੈਦਾਨੀ ਭਾਗਾਂ ਵਿੱਚ ਪੰਜਾਬ ਦੇ ਉੱਪਰ ਵੀ ਇਹਦਾ ਥੋੜਾ ਬਹੁਤ ਪ੍ਰਭਾਵ ਬਦਲਬਾਹੀ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ ਪਰ 12 ਤਰੀਕ ਨੂੰ ਕੋਈ ਜਿਆਦਾ ਵੱਡੀ ਮੌਸਮੀ ਖਾਤੀਬੀਤੀ ਨਹੀਂ ਹੋਵੇਗੀ ਹਵਾਵਾਂ ਮ ਉੱਤਰ ਪੱਛਮ ਦਿਸ਼ਾ ਤੋਂ ਹੀ ਚੱਲਣਗੀਆਂ ਪਰ ਇਹ ਜਦੋਂ ਸਿਸਟਮ ਪਹਾੜੀ ਇਲਾਕਿਆਂ ਵਿੱਚ ਪਹੁੰਚ ਜਾਵੇਗਾ ਤਾਂ ਉਸ ਤੋਂ ਬਾਅਦ ਇੱਕ ਚੱਕਰਵਾਤੀ ਹਵਾਵਾਂ ਦਾ ਕੇਂਦਰ ਉਲਟ ਚੱਕਰਵਾਤੀ ਹਵਾਵਾਂ ਦਾ ਕੇਂਦਰ ਮੈਦਾਨੀ ਭਾਗਾਂ ਵਿੱਚ ਪੰਜਾਬ ਜਾਂ ਰਾਜਸਥਾਨ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬਣੇਗਾ ਉਸ ਤੋਂ ਇਲਾਵਾ ਜੋ ਨੰਦਰਮਿਆਂ ਦੇਖਣ ਨੂੰ ਮਿਲ ਸਕਦਾ ਹੈ ਸੋ ਜਦੋਂ ਇਹ ਪੂਰਬੀ ਹਵਾਵਾਂ ਚੱਲਣਗੀਆਂ ਤਾਂ ਇਸ ਦੇ ਨਾਲ ਰਾਤ ਦੇ ਟੈਂਪਰੇਚਰ ਨੇ ਜਿਹੜੇ ਲਗਭਗ 10 ਡਿਗਰੀ ਦੇ ਆਸ-ਪਾਸ ਪਹੁੰਚਣਗੇ ਭਾਵ ਕਿ 3 ਤੋਂ 4 ਡਿਗਰੀ ਟੈਂਪਰੇਚਰ ਵਧੇਗਾ ਤੇ ਇਹ ਘੱਟੋ-ਘੱਟ ਤਾਪਮਾਨ ਵਧਣ ਕਰਕੇ ਰਾਤ ਦੀ ਜੋ ਠੰਡ ਹੈ ਉਸ ਤੋਂ ਕਾਫੀ ਜ਼ਿਆਦਾ ਰਾਹਤ ਮਿਲ ਜਾਵੇਗੀ ਕਿਉਂਕਿ ਪੂਰਬੀ ਹਵਾਵਾਂ ਜਦੋਂ ਵੀ ਚੱਲਦੀਆਂ ਨੇ ਉਸ ਤੋਂ ਬਾਅਦ ਰਾਤ ਦੇ ਟੈਂਪਰੇਚਰ ਵੱਧ ਜਾਂਦੇ ਨੇ ਤੇ ਇਹ ਸਿਸਟਮ ਦੇ ਨਾਲ ਜੇਕਰ ਗੱਲ ਕਰੀਏ ਮੀਂਹ ਦੀ ਤਾਂ ਪੰਜਾਬ ਦੇ ਵਿੱਚ ਆਪਾਂ ਨੂੰ 12 ਤਰੀਕ ਦੀ ਸ਼ਾਮ ਤੋਂ ਲੈ ਕੇ 13 ਤਰੀਕ ਦੀ ਸ਼ਾਮ ਜਾਂ 14 ਦੀ ਸਵੇਰ ਤੱਕ ਬੱਦਲਵਾਈ ਦੇਖਣ ਨੂੰ ਮਿਲੂਗੀ ਜਿਹੜੀ ਕਿ ਮੀਂਹ ਵਾਲੀ ਬਣ ਸਕਦੀ ਹੈ ਖਾਸ ਤੌਰ ਤੇ ਲੋਹੜੀ ਵਾਲੇ ਦਿਨ ਪੰਜਾਬ ਦੇ ਵਿੱਚ ਕਈ ਹਿੱਸਿਆਂ ਵਿੱਚ ਦਰਮਿਆਨੇ ਪੱਧਰ ਦਾ ਕੁਝ ਇਲਾਕੇ ਵਿੱਚ ਹਲਕੇ ਫੁਲਕੇ ਸ਼ਰਾਟੇ ਮੀਂਹ ਦੇ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਇਹ ਸਿਸਟਮ ਇਹਦਾ ਲਗਭਗ 2 ਤੋਂ ਲੈ ਕੇ 3 ਦਿਨਾਂ ਤੱਕ ਪਹਾੜੀ ਇਲਾਕਿਆਂ ਵਿੱਚ ਟਿਕੇਗਾ ਤੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ 13 ਤਰੀਕ ਤੇ ਕੁਝ 14 ਦੀ ਸਵੇਰ ਤੱਕ ਇਹ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਬੱਦਲ ਵਾਈ ਜਾਂ ਮੀਂਹ ਦੀਆਂ ਕਣੀਆਂ ਸ਼ਰਾਟਿਆਂ ਦੇ ਰੂਪ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਦੇ 30 ਤੋਂ ਲੈ ਕੇ 50-60% ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਹਲਕੀਆਂ-ਫੁਲਕੀਆਂ ਜਾਂ ਕੁਝ ਖੇਤਰਾਂ ਵਿੱਚ ਦਰਮਿਆਨੇ ਰੂਪ ਤੱਕ ਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ। ਹਾਲਾਂਕਿ ਕੋਈ ਬਹੁਤ ਜ਼ਿਆਦਾ ਕੋਈ ਭਾਰੀ ਮੀਂਹ ਦੇ ਸਾਰ ਨਹੀਂ ਹੋਣਗੇ ਜੋ ਹੁਣ ਦੀ ਅਪਡੇਟ ਮਿਲ ਰਹੀ ਹੈ। ਹਾਲੇ ਇਹਦੇ ਵਿੱਚ ਲਗਭਗ 5 ਦਿਨ ਦੇ ਆਸ- ਕਿਉਂਕਿ ਇਸ ਸਿਸਟਮ ਦੇ ਵਿੱਚ ਲਗਾਤਾਰ ਬਦਲਾਅ ਆ ਰਹੇ ਨੇ ਇਹ ਸਿਸਟਮ ਆਉਣ ਦੇ ਦਿਨਾਂ ਵਿੱਚ ਕਮਜ਼ੋਰ ਹੋਵੇਗਾ ਜਾਂ ਤਕੜਾ ਉਸ ਦੀ ਜਾਣਕਾਰੀ ਆਪਾਂ ਅਗਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਨਾਲ ਹੀ ਜ਼ਿਲ੍ਹਾਵਰ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਸਮੇਂ ਤੋਂ ਪਹਿਲਾਂ ਇਹ ਜਾਣਕਾਰੀ ਦੱਸਣ ਦਾ ਆਪਣਾ ਮੇਨ ਮਕਸਦ ਇਹ ਹੈ ਤਾਂ ਜੋ ਇੱਕ ਤੁਹਾਨੂੰ ਅਨੁਮਾਨ ਪ੍ਰਾਪਤ ਹੋ ਸਕੇ ਕਿ ਲੋਹੜੀ ਦੇ ਦਿਨਾਂ ਵਿੱਚ ਤਿਹਾਰ ਦੇ ਦਿਨਾਂ ਵਿੱਚ ਲੋਹੜੀ ਮਾਗੀ ਇਸ ਨੂੰ ਕਿਹੜੇ ਕਿਹੜੇ ਮੌਸਮੀ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ ਸੋ ਹਵਾਵਾਂ ਜਿਵੇਂ ਕਿ ਆਪਾਂ ਦੱਸਿਆ ਕਿ ਪੂਰਬ ਦਿਸ਼ਾ ਤੋਂ ਵਗਣ ਦੇ ਚਾਂਸ ਜਿਹੜੇ ਜ਼ਿਆਦਾਤਰ ਬਣੇ ਹੋਣਗੇ ਹਵਾਵਾਂ ਦੀ ਗਤੀ ਹੈ ਜਿਹੜੀ 5 ਤੋਂ ਲੈ ਕੇ 15 ਜਾਂ 20 ਕਿਲੋਮੀਟਰ ਪ੍ਰਤੀ ਘੰਟੇ ਤੱਕ ਜਾ ਸਕਦੀ ਹੈ